ਅੰਦਰ ਕਿੰਨਾ ਕੁ ਟਾਈਮ ਲੱਗੂ ਅਜੇ? ਬਸ ਹੁਣ ਤਾਂ ਹੋ ਗਿਆ, ਰਾਤਾਂ ਨੂੰ ਥੋੜਾ ਕੰਮ ਆ ਨਾ। ਇੱਕ ਤਾਂ ਇੱਕ ਨਾਲ ਦੇ ਲਹਿੰਗੇ ਨੇ ਨਾ, ਸਾਰੀ ਫੈਮਿਲੀ ਦੇ ਇੱਕੋ ਕਲਰ। ਇੱਕ ਆ ਪਿਆ, ਇੱਕੋ ਹੀ ਫੈਮਿਲੀ ਦੇ ਨੇ? ਸਾਰੇ ਇੱਕੋ ਫੈਮਿਲੀ ਦੇ ਨੇ, ਅਲੱਗ ਅਲੱਗ ਨੇ। ਉਹਨਾਂ ਨੇ ਵਿਆਹ ਤੇ ਪਾਉਣੇ, ਬਾਹਰ ਜਾਣੇ ਆ, ਕੈਨੇਡਾ ਤੋਂ, ਕੈਨੇਡਾ ਤੋਂ ਆਏ ਹੋਏ ਨੇ, ਕੈਨੇਡਾ ਤੋਂ। ਤੁਸੀਂ ਟਾਈਮ ਨਾਲ ਕੰਮ ਨਹੀਂ ਕਰਦੇ, ਤੁਸੀਂ ਰਾਤਾਂ ਨੂੰ ਮੇਰੇ ਵਰਗੇ ਨੂੰ ਭਜਾਈ ਫਿਰ ਜਾਂਦੇ ਹੋ, ਕੀ ਚੱਕਰ ਹੈ? ਨਹੀਂ ਹਾਂ, ਰਾਤਾਂ ਨੂੰ ਕਿੱਥੇ ਭਜਾਉਣੇ ਤੁਹਾਨੂੰ? ਹੋਰ ਹੁਣ ਮੈਨੂੰ ਰਾਤ ਨੂੰ ਜਾ ਕੇ ਦੇ ਕੇ ਆਉਣੇ ਪੈਣਗੇ। ਚੱਲ ਕੋਈ ਨਾ, ਤਾਂ ਕੀ ਹੁੰਦਾ ਫਿਰ, ਕਦੇ ਨਾ ਕਦੇ ਤਾਂ ਦੇਣ ਕੇ ਆਉਣੀ ਪੈਂਦੀ ਹੈ। ਅੱਛਾ, ਐਂ ਨਹੀਂ ਬੇਟਾ, ਇਹ ਜਿਹੜਾ ਤੁਸੀਂ ਲਟਕਣ ਦੇਖੋ, ਤੁਸੀਂ ਸਾਰਿਆਂ ਨਾਲ ਦੇਖਦੇ ਲਟਕਣ, ਬੜੇ ਸੋਹਣੇ ਸੋਹਣੇ ਲਟਕਣ ਨੇ, ਸੇਮ ਉਦਾਂ ਦੀ ਜਿੱਦਾਂ ਦਾ ਵਰਕ ਉਦਾਂ ਦੀ ਲਟਕਣ ਨੇ ਸਾਰੇ ਸੂਟਾਂ ਦੇ, ਇਹ ਵੀ ਚੋਇਸ ਕਰਨੀ ਬੜੀ ਔਖੀ ਹੈ ਨਾ। ਬਹੁਤ ਸੋਹਣੇ, ਬਹੁਤ ਸੋਹਣੇ। ਹਾਂ, ਔਖੀ ਨੂੰ ਤਾਂ ਕੀ ਆ, ਲੱਭਣੇ ਤਾਂ ਪੈਂਦੀ ਨੇ। ਹਾਂ, ਐਵੇਂ ਤਾਂ ਥੋੜਾ ਸੇਮ ਧਿਆਨ, ਤਾਂ ਨਾਲ ਦੇ ਲਿਆਉਣੇ ਪੈਂਦੇ ਦਿਮਾਗ ਨੇ, ਤਾਂ ਲਾਉਣਾ ਪੈਂਦਾ। ਬਹੁਤ ਸੋਹਣੇ ਨੇ ਲਟਕਣ ਲਹਿੰਗੇ, ਫਿਰ ਲਹਿੰਗੇ ਨੂੰ ਬਣਨ ਨੂੰ ਥੋੜਾ ਟਾਈਮ ਲੱਗ ਜਾਂਦਾ। ਹੁਣ ਇਹ ਆ ਦੇਖਣਾ, ਕੀ ਨੇ ਛੋਟੇ ਛੋਟੇ ਜਿਹੇ ਇਹ ਤਾਂ ਬਲਾਊਜ਼ ਜੇ? ਨੇ, ਬਲਾਊਜ਼ ਅੱਛਾ, ਝੁੱਗੇ ਨਹੀਂ ਹੈ ਇਹ, ਬਲਾਊਜ਼ ਨੇ, ਝੁੱਗੇ ਦੱਸਦੇ। ਸਾਨੂੰ ਕੀ ਪਤਾ ਹੁਣ ਇਹਨਾਂ ਬਾਰੇ, ਨਾ ਪਤਾ ਹੌਲੀ ਰੱਖਿਆ ਹੌਲੀ ਕਰੋ ਜੀ, ਹੌਲੀ ਰੱਖਿਆ ਹੌਲੀ ਕਰੋ, ਪਤਾ ਲੱਗੂ ਜਦੋਂ ਤੁਹਾਡੇ ਨਾਲ ਕੰਮ 'ਚ ਬਣਾਂਗੇ, ਰੱਖਿਆ ਕਰੋ ਜਨਾਬ, ਪਤਾ ਰੱਖਿਆ। ਤੁਸੀਂ ਸਾਨੂੰ ਲਿਆਉਂਦੀ ਨਹੀਂ ਨਾਲ, ਇਹਦਾ ਲਹਿੰਗਾ ਉਹ ਵਾਲਾ ਫੜਾ, ਆਹ ਲਹਿੰਗੇ ਨਾਲ ਸ਼ਰਟ ਆਹ ਵਾਲੀ ਹੈ, ਓਕੇ। ਇੱਕ ਦਾ ਇਹ ਹੋ ਗਿਆ, ਆਹ ਚੋਲੀ ਨੂੰ ਇਹਦੇ ਨਾਲ ਰੱਖਿਓ, ਇਹਦੇ ਨਾਲ, ਆਹ ਵਾਲੇ ਨੂੰ ਕੁਰਸੀ ਵਾਲੇ ਇਹਦੇ ਨਾਲ, ਨਾਲ ਹਾਂ ਇਹਨੂੰ ਉਹਦੇ ਨਾਲ, ਸਾਰਿਆਂ ਦੇ ਫਿਰ ਅਲੱਗ ਅਲੱਗ ਪਾ ਦੇਣੇ। ਇਹਦੇ ਨਾਲ ਠੀਕ ਹੈ ਜੀ। ਬਿਲਕੁਲ, ਆਹ ਦੇਖੋ ਦੁਪੱਟੇ ਦੇਖੋ, ਇਹਨਾਂ ਦੇ ਕਿੰਨੇ ਸੋਹਣੇ ਨੇ, ਆਪਾਂ ਦੁਪੱਟੇ ਬਣਾਏ ਨੇ ਜੀ, ਠੀਕ ਹੈ ਜੀ। ਅੱਛਾ, ਆਹ ਦੇਖੋ ਆਹ ਦੁਪੱਟੇ ਹੋ ਆਹ ਗਏ, ਪੱਟੀਆਂ ਵੀ ਬੜੀਆਂ ਸੋਹਣੀਆਂ ਲੱਗੀਆਂ ਨੇ, ਪੱਟੀਆਂ ਬਹੁਤ ਸੋਹਣੀਆਂ ਲੈਂਦੇ ਨੇ। ਆਹ ਵਾਲੇ ਆਪਣੇ ਲਹਿੰਗੇ ਨੇ, ਲਹਿੰਗੇ ਵੀ ਬਹੁਤ ਸੋਹਣੇ ਨੇ, ਲਹਿੰਗਿਆਂ ਦੀ ਮੈਂ ਤੁਹਾਨੂੰ ਕੇਨ ਦਿਖਾਉਣੀ ਆ। ਤਿੰਨ ਨੇ ਕਿ ਚਾਰ ਨੇ? ਚਾਰ ਨੇ, ਚਾਰ। ਆਹ ਦੇਖੋ ਕਲੀਆਂ ਇੱਕ ਨੂੰ, ਤਾਂ ਰੱਖਤਾ ਇੱਕ ਇਹ ਇੱਕ ਉਹਨਾਂ ਦੀ ਹੋ ਗਿਆ, ਮੰਮੀ, ਇੱਕ ਹੋ ਗਿਆ, ਇੱਕ ਉਹਨਾਂ ਦੀ ਮੰਮੀ ਦਾ, ਆਹ ਇੱਕ ਲਹਿੰਗਾ ਦੇਖੋ ਕਿੰਨਾ ਸੋਹਣਾ, ਸਾਰੇ ਲਹਿੰਗੇ ਬਹੁਤ ਸੋਹਣੇ ਬਣੇ ਨੇ, ਠੀਕ ਹੈ, ਬਹੁਤ ਹੈਵੀ ਲੁੱਕ ਦੇ ਵਿੱਚ। ਆਹ ਬਾਰਡਰ ਬਣਿਆ ਹੋਇਆ, ਆਹ ਦੇਖੋ ਫਰੰਟ, ਇੱਕ ਇੱਥੇ ਬੁਕਰਮ ਲਗਾਈ ਆਪਾਂ ਨੇ, ਫਿਰ ਆਹ ਕਲੀਆਂ ਕੱਟ ਕੇ ਲਾਈਨਿੰਗ ਲਗਾਈ, ਫਿਰ ਆਹ ਇਹਦਾ ਕੇਨ ਤਾਂ ਹੀ ਬਹੁਤ ਲਗਾਈ, ਲੱਗੀਆਂ ਨੇ, ਇਹਦੇ 'ਚ ਤਾਂ ਫਿਰ ਸਮਾਨ ਬਾਹਲਾ ਲਾਈਨਿੰਗ ਲੱਗਿਆ, ਲਗਾਈ, ਫਿਰ ਲਾਈਨਿੰਗ ਲਗਾਈ, ਫਿਰ ਕੇਨ ਹੋ ਗਈ, ਫਿਰ ਉਹ ਹੋ ਗਈ, ਦੇਖੋ ਕਿੰਨਾ ਇਹਦਾ ਹੈਵੀ, ਸਮਾਨ ਹੀ ਬਹੁਤ ਲੱਗਿਆ ਇਹਦੇ 'ਚ ਤਾਂ, ਬਹੁਤ ਲੱਗਿਆ। ਹੁਣ ਇਹਨਾਂ ਨੇ ਪੈਸਾ ਮਾਰ ਕੇ ਇਹਨਾਂ ਨੂੰ ਪੈਕਿੰਗ ਕਰਕੇ, ਇਹਨੂੰ ਬਣਾਉਣ ਨੂੰ ਵੀ ਬਹੁਤ ਟਾਈਮ ਲੱਗਿਆ ਹੁਣ ਤੁਹਾਨੂੰ, ਬਣਾਉਣ ਨੂੰ ਬਹੁਤ ਟਾਈਮ ਲੱਗੇਗਾ, ਬਹੁਤ ਜ਼ਿਆਦਾ। ਚਲੋ ਵਧੀਆ, ਪਰ ਬਣੇ ਬਹੁਤ ਸੋਹਣੇ ਨੇ, ਟਰਾਈ ਕਰ ਗਏ ਉਹ, ਉਹਨਾਂ ਦੇ ਪਸੰਦ ਨੇ, ਤੇ ਆਪਾਂ ਹੁਣ ਉਹਨਾਂ ਨੂੰ ਰਾਤ ਨੂੰ, ਅੱਜ ਉਹਨਾਂ ਦੇ ਰਾਤ ਨੂੰ ਦੇਖ ਕੇ ਆਉਣ ਦਾ ਕਾਰਨ ਕੀ ਹੈ? ਕਾਰਨ ਤਾਂ ਕੁਛ ਨਹੀਂ, ਮਤਲਬ ਕਿ ਉਹਨਾਂ ਨੇ, ਉਹਨਾਂ ਕੋਲ ਟਾਈਮ ਨਹੀਂ ਹੈਗਾ ਨਾ ਫਿਰ ਲੈ ਕੇ ਜਾਣ ਲਈ, ਉਹ ਬਹੁਤ ਲੇਟ ਦੇ ਕੇ ਗਏ ਸੀ ਆਪਾਂ ਨੂੰ, ਕਾਤਰੋਂ ਫੜਾ ਕੇ ਆਉਣੇ ਪੈਣਗੇ, ਬਹੁਤ ਦੂਰ ਆ ਬਾਈ। ਇਹਦਾ ਹੋ ਗਿਆ, ਲਓ ਵੀ ਜਿਹੜੇ ਤੁਸੀਂ ਆਹ ਦੇਖ ਰਹੇ ਹੋ ਲਹਿੰਗੇ, ਦੁਪੱਟੇ ਵੀ ਬਹੁਤ ਸੋਹਣੇ ਲੱਗੇ ਮੈਨੂੰ ਤਾਂ ਸਾਰਿਆਂ ਦੇ, ਆਹ ਸਮਾਨ ਦੁਪੱਟੇ ਵਾਲੇ ਸੋਹਣੇ, ਇਹਨਾਂ ਦੇ ਹੋਰ ਵੀ ਸੂਟ ਨੇ ਜਿਹੜੇ ਉਹ ਅੱਜ ਰਾਤ ਨੂੰ ਫੜਾ ਕੇ ਆਉਣੇ ਨੇ, ਅਸੀਂ ਨੇ ਕਾਤਰੋਂ ਪਿੰਡ ਸ਼ੇਰਪੁਰ ਦੇ ਨਾਲ, ਤੇ ਉਹਨਾਂ ਦੇ ਫੈਮਿਲੀ ਦਾ ਫੰਕਸ਼ਨ ਹੈ ਖੁਦ ਦਾ ਆਪਣਾ, ਉਹਨਾਂ ਨੇ ਇੱਕ ਕਨਸੈਪਟ ਤਿਆਰ ਕੀਤਾ ਬਾਹਰਲੀ ਕੰਟਰੀ ਦੇ ਵਿੱਚ, ਉਹਨਾਂ ਨੇ ਜਾਣਾ ਵਾਈਟ ਲਿਫਾਫਿਆਂ 'ਚ ਤਾਂ ਪਾਉਣ ਦਾ ਫਾਇਦਾ ਨਹੀਂ ਇਹਨਾਂ ਨੂੰ, ਮੈਨੂੰ ਲੱਗਦਾ ਬਲੂ ਲਿਫਾਫਿਆਂ 'ਚ ਪਾ ਲਓ ਵੱਡਿਆਂ 'ਚ, ਨਹੀਂ ਫਿਰ ਉਹ ਕਿਵੇਂ ਰੱਖਣਗੇ ਨਾ ਵਿਚਾਰੇ ਆਪਦਾ, ਆਹ ਲਿਫਾਫਿਆਂ 'ਚ ਆਪਦੀਆਂ ਟੇਚੀਆਂ ਦੇ ਵਿੱਚ ਪਾ ਲੈਣਗੇ, ਉਹ ਫੜਾਏ ਹੋਇਆ ਵੱਡਾ ਲਿਫਾਫਾ, ਇੱਕ ਹੋਰ ਵੱਡਾ ਲਿਫਾਫਾ।